कोरोना महामारी में डॉक्टर राजकुमार की तरफ से पहल करते हुए वार्ड नंबर 77 में जो व्यक्ति कोरोना पॉजिटिव है उनको राशन की सुविधा, एक कोविड किट या फिर 2500 रुपए के करीब दे रहे हैं। वहीं वार्ड 77 के काउंसलर विराट देवगन ने बताया कि उनकी तरफ से और डॉक्टर राजकुमार की तरफ से उन व्यक्तियों को जिनको इलाज की ज़रूरत है उनको इलाज के लिए सहायता भी की जाएगी। उनकी तरफ से सभी को ये अपील भी की गई कि सभी लोग एक दूसरे की मदद करें और सरकारों को भी ये अपील उनके द्वारा की गई कि कोरोना से पीड़ित का इलाज सरकार फ्री करे। ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ, ਜਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਆ, ਇਹ ਲੋਕਾਂ ਨੂੰ ਮਦਦ ਕੀਤੀ ਜਾ ਰਹੀ ਹੈ, ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਅਰਦਾਸ ਕਰਦਾ ਮਾਤਾ ਰਾਣੀ ਵੱਲੋਂ ਕਿ ਸਾਡੇ ਕਿਸੇ ਵੀਰ ਭਰਾ ਨੂੰ ਕਰੋਨਾ ਹੋ ਹੀ ਨਾ। ਠੀਕ ਹੈ, ਜੇ ਕਰੋਨਾ ਹੋ ਗਿਆ ਵਾ ਤਾਂ ਸਾਡੇ MLA ਵੇਰਕਾ ਸਾਹਿਬ ਨੇ ਜਿਹੜੀ ਆਪਣੀ ਜੇਬ ਵਿੱਚੋਂ ਖਰਚਾ ਕਰਕੇ 10 ਕਿਲੋ ਆਟਾ ਨਾਲ ਚਾਵਲ ਨਾਲ ਜ਼ਰੂਰੀ ਸਮਾਨ ਅਤੇ ਨਾਲ 2500 ਰੁਪਏ ਨਾਲ ਦੇ ਰਹੇ ਨੇ। ਬਾਕੀ ਮੇਰੇ ਵੀਰ ਭਰਾ ਕਈ ਹੈਗੇ ਨੇ ਜਿਹੜੇ ਕੋਲੋਂ ਮਦਦ ਕਰ ਸਕਦੇ ਆ ਪਰ ਉਹ ਕਰਦੇ ਨਹੀਂ। ਇਹ ਸੰਦੇਸ਼ ਦਵਾਂ ਆਪਣੇ ਭਰਾਵਾਂ ਨੂੰ ਸਾਰਿਆਂ ਨੂੰ ਵੀ ਜਿਹੜਾ ਮਦਦ ਕਰ ਸਕਦਾ ਇਹੋ ਜਿਹੇ ਟਾਈਮ 'ਤੇ ਵੱਧ ਚੜ੍ਹ ਕੇ ਆ ਕੇ ਮਦਦ ਕਰੇ। ਕੈਪਟਨ ਨੇ ਜਿਹੜਾ ਪਿੱਛੇ ਬਿਆਨ ਦਿੱਤਾ ਸੀ ਕਿ ਅਸੀਂ ਆਪਣੇ ਵਾਰਡ ਦੇ ਆਪਣੇ ਪੰਜਾਬ ਦੇ ਸੂਬੇ ਦੇ ਜਿਹੜੇ ਵੀ ਨੀਲੇ ਕਾਰਡ ਧਾਰਕ ਜਿੰਨੇ ਵੀ ਲੋੜਵੰਦ ਹੈਗੇ ਉਹਨਾਂ ਨੂੰ ਮਦਦ ਦੇਵਾਂਗੇ, ਲੇਕਿਨ ਮੈਂ ਸਵਾਲ ਜਦੋਂ ਗੱਲ ਆਉਂਦੀ ਹੈ ਤਾਂ ਨਿੱਜੀ ਖਰਚੇ ਦੀ ਆਉਂਦੀ ਹੈ। ਨਿੱਜੀ ਜੇਬ ਤੋਂ ਅੱਜ ਦੇ ਦੌਰ ਦੇ ਵਿੱਚ ਪੈਸੇ ਦੇਣੇ ਬੜੇ ਔਖੇ ਹੋ ਗਏ ਆ, ਚਾਹੇ ਲੀਡਰ ਹੋਵੇ ਕੋਈ ਵੀ ਹੋਵੇ, ਕਿਉਂਕਿ 1.5 ਸਾਲ ਦੇ ਅੰਤਰਾਲ ਦੇ ਵਿੱਚ ਕਾਰੋਬਾਰ ਬਹੁਤ ਇਫੈਕਟ ਹੋਇਆ, ਲੋਕਾਂ ਦੀ ਜੇਬ ਜਿਹੜੀ ਹੈ ਜੇਬ ਰੁਕ ਚੁੱਕੀ ਹੋਈ ਹੈ, ਅਤੇ ਉਹਨਾਂ ਨੂੰ ਕੀ ਕਹਿਣਾ ਜੀ ਜਿਹੜੇ ਸਮਰੱਥ ਹੈਗੇ ਜਿਹੜੇ ਲੋਕਾਂ ਦੀ ਮਦਦ ਕਰ ਸਕਦੇ ਆ ਉਹ ਕਿਉਂ ਨਹੀਂ ਅੱਗੇ ਆਉਂਦੇ? ਵੇਖੋ ਜੀ, ਅਸੀਂ ਤਾਂ ਸੰਦੇਸ਼ ਦਿੱਤਾ ਸਾਰਿਆਂ ਨੂੰ, ਇਹੋ ਕਹਿਣਾ ਚਾਹੁੰਦੇ ਹਾਂ ਵੀ ਜੇ ਕਿਸੇ ਕੋਲ ਪੋਕਟ ਹੈਗੀ ਆਪਣੀ ਪੋਕਟ ਅਲਾਓ ਕਰਦੀ ਹੈ ਉਹ ਆਪਣੀ ਜਿਹੜੇ ਆਪਣੇ ਘਰ ਦੇ ਵਿੱਚ ਆਪਣਾ ਝੱਲ ਸਕਦੇ ਕਿਸੇ ਨੂੰ 5-7 ਪਰਿਵਾਰ ਹੀ ਇੱਕ ਵਾਰਡ ਦੇ ਵਿੱਚ ਸਾਂਭਣ ਅਤੇ ਮੇਰੇ ਸਾਹ ਨਾਲ ਕੋਈ ਬਿਮਾਰੀ ਨਹੀਂ ਪਏਗਾ ਜੀ। ਇਸ ਤੋਂ ਕਿਉਂਕਿ ਦੁਆਵਾਂ ਜਿਹੜੀ ਹੈ ਦੁਆਵਾਂ ਰੱਬ ਜਿਹੜੀ ਦਿਲ ਤੋਂ ਨਿਕਲਦੀ ਹੈ ਉਹ ਕਿਤੇ ਨਾ ਕਿਤੇ ਕੰਮ ਆਉਂਦੀ ਹੈ, ਅਤੇ ਜਿਹੜਾ ਕੋਈ ਕਿਸੇ ਦੀ ਮਦਦ ਕਰਦਾ ਚਾਹੇ ਨਿੱਜੀ ਖਰਚਾ ਚਾਹੇ ਰਾਸ਼ਨ ਹੋ, ਦੁਆਵਾਂ ਜਿਹੜੀ ਹੈ ਉਹ ਕਿਤੇ ਨਾ ਕਿਤੇ ਬੰਦੇ ਨੂੰ ਹੋਰ ਅੱਗੇ ਲੈ ਕੇ ਜਾਂਦੀ ਹੈ ਅਤੇ ਬੰਦੇ ਨੂੰ ਸ਼ਾਇਦ ਕਿਸੇ ਵੀ ਜਿਹੜੀ ਖਤਰੇ ਤੋਂ ਨਿਪਟਣ ਦੇ ਵਿੱਚ ਕਾਮਯਾਬ ਦੁਆਵਾਂ ਦੀ ਜਿਹੜੀ ਕੰਮ ਆਉਂਦੀ ਹੈ। ਕੀ ਕਹਿਣਾ ਚਾਹੁੰਦੇ ਵੀਰ ਜੀ? ਵੇਖੋ, ਅਸੀਂ ਤਾਂ ਇਹੋ ਕਹਿਣਾ ਚਾਹੁੰਦੇ ਹਾਂ ਵੀ ਚਲੋ ਆਪਣਾ ਬਿਮਾਰੀ ਫੈਲੀ ਹੋਈ ਹੈ, ਬਿਮਾਰੀ ਤੋਂ ਸਾਰਾ ਵਰਲਡ ਹੀ ਗ੍ਰਸਤ ਆ ਇਹ ਬਿਮਾਰੀ ਤੋਂ। ਬਾਕੀ ਪਰਮਾਤਮਾ ਵੱਲ ਧਿਆਨ ਲਾਓ, ਘੰਟਾ ਡੇਢ ਘੰਟਾ ਪਰਮਾਤਮਾ ਵੱਲ ਧਿਆਨ ਲਾਓ, ਮਾਤਾ ਰਾਣੀ ਦਾ ਨਾਂ ਲਓ, ਵਾਹਿਗੁਰੂ ਦਾ ਨਾਂ ਲਓ, ਆਪਣੇ ਆਪ ਹੀ ਪਰਮਾਤਮਾ ਕਿਸੇ ਨਾ ਕਿਸੇ ਪਾਸੇ ਢੋਲ ਲਾ ਦੇਗਾ। ਸਰਬੱਤ ਦੇ ਭਲੇ ਦੀ ਅਰਦਾਸ ਕਰੋ। ਹਾਂਜੀ, ਇਹੋ ਕਹਿਣਾ ਚਾਹੁੰਦਾ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ। ਹਾਂਜੀ ਭੈਣ ਜੀ, ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਸੋਨੀਆ। ਕਿਸ ਤਰ੍ਹਾਂ ਦੀ ਜਿਹੜੀ ਮਦਦ ਮਿਲਦੀ ਹੈ, ਕਿਵੇਂ ਮਦਦ ਦੀ ਅੱਜ ਬਹੁਤ ਜ਼ਰੂਰਤ ਲੋੜ ਹੈ, ਤੁਹਾਡੇ ਵਰਗੇ ਵੀ ਹੋਰ ਸੈਂਕੜੋ ਹਜ਼ਾਰਾਂ ਲੋਕ ਹੈਗੇ ਆ, ਕੀ ਕਹਿਣਾ ਚਾਹੁੰਦੇ ਹੋ ਇਸ ਇਹੋ ਜਿਹੀ ਸੰਸਥਾਵਾਂ ਨੂੰ ਜਾਂ ਇਹੋ ਜਿਹੇ ਲੀਡਰ ਨੂੰ ਕਿ ਜਿਹੜੀ ਲੋਕਾਂ ਦੀ ਮਦਦ ਕਰਦੇ ਆ? ਮੈਂ ਰਾਜ ਭਾਅ ਜੀ ਅਤੇ ਡਾਕਟਰ ਰਾਜਕੁਮਾਰ ਵੇਰਕਾ ਦਾ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ। ਇਹਨਾਂ ਨੇ ਬਹੁਤ ਹੀ ਜ਼ਿਆਦਾ ਮਦਦ ਕੀਤੀ ਹੈ, ਸਾਡੇ ਇਲਾਕੇ ਦਾ ਬਹੁਤ ਹੀ ਸੁਣਵਾਈ ਕੀਤੀ ਹੈ। ਦੂਸਰੀ, ਅੱਜ ਜੇ ਇਹਨਾਂ ਨੇ ਰਾਸ਼ਨ ਜਾਂ 2500 ਰੁਪਇਆ ਦਿੱਤਾ ਹੈ ਸਾਡੇ ਗਰੀਬਾਂ ਵਾਸਤੇ, ਉਹ ਹੀ ਬਹੁਤ ਹੈ। ਜਿਨ੍ਹਾਂ ਵਾਸਤੇ ਅੱਜ 1-5 ਰੁਪਏ ਨਹੀਂ ਹੈਗੇ ਉਹਨੂੰ 2500 ਰੁਪਇਆ ਬਹੁਤ ਮਾਇਨਾ ਰੱਖਦਾ ਹੈ। ਇਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਹੈ, ਮੇਰੇ ਹਸਬੈਂਡ ਨੂੰ, ਮੈਨੂੰ, ਮੇਰੇ ਕੁਝ ਸਾਥੀਆਂ ਨੂੰ ਕਰੋਨਾ ਹੋਇਆ ਸੀ, ਉਹਨਾਂ ਨੇ ਅੱਜ 2500-2500 ਰੁਪਇਆ ਵੀ ਦਿੱਤਾ ਹੈ ਅਤੇ ਨਾਲ ਰਾਸ਼ਨ ਦਿੱਤਾ। ਮੈਂ ਤੁਸੀਂ ਮਦਦ ਦੀ ਗੱਲ ਕੀਤੀ ਹੈ, ਹਾਂਜੀ, ਮਦਦ ਸਰਕਾਰਾਂ ਵੀ ਕਰਦੀਆਂ, ਇਹੋ ਜਿਹੇ ਲੀਡਰ ਵੀ ਕਰਦੇ, NGOs ਵੀ ਕਰਦੀਆਂ, ਲੇਕਿਨ ਆਪਾਂ ਜਿਹੜੇ ਹੈਗੇ ਹਾਂ ਆਪਾਂ ਕਿਉਂ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਹਟ ਜਾਂਦੇ ਹਾਂ? ਮਦਦ ਲੈਣ ਨੂੰ ਤਾਂ ਅਸੀਂ ਸਭ ਕੁਝ ਮਾਸਕ ਜਾਂ ਹਰ ਚੀਜ਼ ਨੂੰ ਗਾਈਡਲਾਈਨ ਕਰਦੇ, ਉਸ ਤੋਂ ਬਾਅਦ ਅਸੀਂ ਚੀਜ਼ਾਂ ਕਿਉਂ ਭੁੱਲ ਜਾਂਦੇ ਜਿਸ ਕਰਕੇ ਕਰੋਨਾ ਦੀ ਚੇਨ ਟੁੱਟਣ ਨਹੀਂ ਰਹੀ ਹੈ? ਨਹੀਂ ਸਰ, ਅਸੀਂ ਤਾਂ ਇਹੋ ਜਿਹੀ ਗੱਲ ਨਹੀਂ, ਅਸੀਂ ਤਾਂ ਪੂਰਾ ਧਿਆਨ ਰੱਖੀਦਾ ਆਪਣਾ ਜੋ ਵੀ ਆ। ਲੋਕਾਂ ਨੂੰ ਕੀ ਕਹਿਣਾ ਚਾਹੁੰਦੇ? ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਸਰਕਾਰ ਕਹਿ ਰਹੀ ਹੈ ਉਹਨਾਂ ਦੀ ਆਗਿਆ ਦਾ ਪਾਲਣ ਕੀਤਾ ਜਾਵੇ, ਵੱਧ ਤੋਂ ਵੱਧ ਘਰੋਂ ਬਾਹਰ ਘੱਟ ਨਿਕਲਿਆ ਜਾਵੇ, ਮਾਸਕ ਪਹਿਨ ਕੇ ਨਿਕਲਿਆ ਜਾਵੇ। ਦੂਸਰੀ ਗੱਲ, ਜਿਸ ਤਰ੍ਹਾਂ ਵੀ ਆਪਣੇ ਆਪ ਨੂੰ ਬਚਾਇਆ ਜਾਂਦਾ ਬਚਾਇਆ ਜਾਵੇ।